ਇੱਕ ਨਿੱਜੀ ਹਸਪਤਾਲ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਬਦਮਾਸ਼ ਗੋਲੀ ਚਲਾ ਕੇ ਅਤੇ ਹਸਪਤਾਲ ਦੀ ਰਿਸੈਪਸ਼ਨ 'ਤੇ ਇੱਕ ਪਰਚੀ ਦੇ ਕੇ ਫਰਾਰ ਹੋਏ ਨੇ, ਜਿਸ ਦੇ ਵਿੱਚ ਕਿਹਾ ਗਿਆ ਕਿ ਉਹ ਇੱਕ ਵਿਦੇਸ਼ੀ ਨੰਬਰ 'ਤੇ ਗੱਲ ਕਰਨ ਜੇਕਰ ਉਹ ਆਪਣੀ ਸਲਾਮਤੀ ਚਾਹੁੰਦੇ ਨੇ। ਤਾਂ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ। ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ, ਆਲੇ ਦੁਆਲੇ ਲੱਗੇ CCTV ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਅਤੇ ਇਸ ਦੇ ਨਾਲ ਹੀ ਇੱਕ ਪਰਚੀ ਜੋ ਹੈ ਹਸਪਤਾਲ ਦੀ ਰਿਸੈਪਸ਼ਨ 'ਤੇ ਜਾਂਦੇ ਜਾਂਦੇ ਇਹ ਬਦਮਾਸ਼ ਦੇ ਕੇ ਗਏ ਨੇ। ਤਾਂ ਦੱਸ ਦਈਏ ਕਿ ਖਬਰ ਮੋਹਾਲੀ ਦੇ ਡੇਰਾਬਸੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਨਿੱਜੀ ਹਸਪਤਾਲ ਦੇ ਬਾਹਰ ਬਦਮਾਸ਼ਾਂ ਦੇ ਵੱਲੋਂ ਰੰਗਦਾਰੀ ਦੀ ਨੀਅਤ ਦੇ ਨਾਲ ਗੋਲੀ ਚਲਾਈ ਗਈ ਹੈ ਅਤੇ ਇਸ ਦੇ ਨਾਲ ਹੀ ਰਿਸੈਪਸ਼ਨ ਦੇ ਉੱਤੇ ਉਹ ਇੱਕ ਪਰਚੀ ਫੜਾ ਕੇ ਗਏ ਨੇ। ਤਾਂ ਦੱਸ ਦਈਏ ਕਿ ਇੱਕ ਅਪੋਲੋ ਲੈਬ ਦੇ ਬਾਹਰ ਬਾਈਕ ਸਵਾਰਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਹੈ। ਡਾਕਟਰ ਤੋਂ ਰੰਗਦਾਰੀ ਦੇ ਲਈ ਮੰਗ ਕੀਤੀ ਗਈ ਹੈ, ਵਿਦੇਸ਼ੀ ਨੰਬਰ ਦੇ ਉੱਤੇ ਸੰਪਰਕ ਕਰਨ ਦੇ ਲਈ ਕਿਹਾ ਹੈ ਅਤੇ ਕਿਹਾ ਜੇਕਰ ਪੈਸੇ ਨਾ ਦਿੱਤੇ ਤਾਂ ਹਾਲੇ ਇੱਕ ਗੋਲੀ ਚੱਲੀ ਹੈ, ਜੇ ਨਾ ਦਿੱਤੇ ਤਾਂ 101 ਗੋਲੀਆਂ ਚਲਾਈਆਂ ਜਾਣਗੀਆਂ। ਤਾਂ ਕੌਸ਼ਲ ਚੌਧਰੀ ਗੈਂਗ ਦੇ ਨਾਲ ਜੁੜੇ ਇਹ ਬਦਮਾਸ਼ ਦੱਸੇ ਜਾ ਰਹੇ ਹਨ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਜੋ ਉਹਨਾਂ ਨੇ ਅੰਦਰ ਇੱਕ ਪਰਚੀ ਫੜਾਈ ਹੈ ਉਸਦੇ ਵਿੱਚ ਕੀ ਲਿਖਿਆ। ਤਾਂ ਦੱਸ ਦਈਏ ਕਿ ਉਸਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹ ਕੌਸ਼ਲ ਚੌਧਰੀ ਗੈਂਗ ਦੇ ਵੱਲੋਂ ਆਏ ਨੇ ਅਤੇ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੀਤਾ ਗਿਆ। ਜੇਕਰ ਉਹ ਆਪਣੀ ਸਲਾਮਤੀ ਚਾਹੁੰਦੇ ਨੇ ਤਾਂ ਉਹ ਦਿੱਤੇ ਹੋਏ ਨੰਬਰ ਦੇ ਉੱਤੇ ਵਟਸਐਪ ਕਾਲ ਕਰਨ, ਜੇਕਰ ਉਹ ਕਾਲ ਨਹੀਂ ਕਰਦੇ, ਅੱਜ ਇੱਕ ਗੋਲੀ ਚੱਲੀ ਹੈ ਤਾਂ ਕੱਲ੍ਹ ਨੂੰ ਹੋ ਸਕਦਾ 101 ਗੋਲੀ ਚੱਲੇਗੀ, ਇਸ ਨੂੰ ਮਜ਼ਾਕ ਨਾ ਸਮਝਿਆ ਜਾਵੇ। ਤਾਂ ਮੋਹਾਲੀ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਹੈ, ਇੱਕ ਲੈਬ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਅੰਦਰ ਜੋ ਕਰਮਚਾਰੀ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਕਿ ਫਾਇਰਿੰਗ ਦੀ ਆਵਾਜ਼ ਆਈ ਅਤੇ ਜਿਵੇਂ ਹੀ ਉਹ ਬਾਹਰ ਨੂੰ ਭੱਜੇ ਤਾਂ ਬਦਮਾਸ਼ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸੀ ਅਤੇ ਇੱਕ ਬਦਮਾਸ਼ ਦੇ ਵੱਲੋਂ ਜੋ ਹੈ ਰਿਸੈਪਸ਼ਨ ਦੇ ਉੱਤੇ ਇਹ ਪਰਚੀ ਦੇ ਕੇ ਗਏ ਨੇ ਅਤੇ ਜਦੋਂ ਪਰਚੀ ਖੋਲ੍ਹੀ ਤਾਂ ਉਸਦੇ ਵਿੱਚ ਰੰਗਦਾਰੀ ਦੀ ਨੀਅਤ ਸਾਹਮਣੇ ਆਈ ਹੈ ਕਿ ਰੰਗਦਾਰੀ ਦੀ ਨੀਅਤ ਦੇ ਨਾਲ ਇਹ ਗੋਲੀ ਚਲਾਈ ਗਈ ਹੈ। ਕੌਸ਼ਲ ਚੌਧਰੀ ਗੈਂਗ ਦੇ ਇਹ ਬਦਮਾਸ਼ ਦੱਸੇ ਜਾ ਰਹੇ ਨੇ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕਦਮ ਆਵਾਜ਼ ਆਈ ਜਦ ਹਮ ਕਾਊਂਟਰ ਪੇ ਗਏ, ਕਾਊਂਟਰ ਪੇ ਗਏ ਜੇ ਦੇਖਿਆ ਵੀ ਹਾਂ ਉਹਨਾਂ ਨੇ ਮੈਡਮ ਕੋ ਇਹ ਸਲਿਪ ਦੇ ਕੇ ਗਏ। ਇਸ ਸਲਿਪ ਮੇਂ ਕਿਆ ਹੈ ਜਰਾ ਖੋਲ ਕੇ ਦਿਖਾਏਂਗੇ? किस टाइम की बात, किस टाइम की है ये? अभी थोड़ी देर पहले की बात है सर। ये फिर ये क्या कहाँ पे मिला है नोट जी? हाँ जी, नोट कहाँ पे मिला है? रिसेप्शन पे देके गए जी। रिसेप्शन देके गए और गोली भी चली है? आवाज आई है, हमें बाहर बोल रहे हैं जो कह रहे हैं अभी यहाँ फायर हुआ है। ठीक है, मैंने नहीं देखा। क्या टाइमिंग थी? थोड़ी देर पहले ही बता सर, टाइम तो मैंने नोट किया नहीं। नहीं, क्या वो चेकअप करवाने आए थे या कैसे आए? हमें नहीं पता कैसे आए थे, क्या था। तो ये पर्चा दे गए, ये दे गए, इसके ऊपर कुछ लिखा हुआ है ना? ठीक है।